अस्सलाम वालेकुम। वालेकुम अस्सलाम। क्या हाल है सर? शुक्र अल्लाह का ठीक ठाक। शुक्र हो। नाम की ताड़ा? इमरान शहजाद। इमरान शहजाद, इमरान साहब किन्ने कमा रहे पैसे? की कमा रहे? कमान जोगा छड़े नहीं इन्होंने सानू। है की कमाई है सी? नहीं ते की पूरी नहीं पै रही घर दी रिश्के ना। किवें पूरी पवे? LPG इन्नी को महंगी कर दी है, सवारी किराया नहीं खर्चती पई है। ठीक है, सो पवाइए कितों असी? उत्तों बिजली के बिल इन्ने महंगे कर छड़े ने, कितों लियाइए, कितों खाइए, की करिए असी? किन्ना बिल आया तुहानू? सानू 21,000 रुपया बिल आया घर का। दो पखे पै चलते ने, कट करान 36,000 गए हैं तो दफ्तर चक्कर ला ला मर गए हैं। उन्हें करने ठहर के करने, इंज करने इंज करने, कोई गलबात नहीं, कोई बात नहीं लैंदा पाया साड़ी। ਇਹਦਾ ਮਤਲਬ ਕਿ ਹਕੂਮਤ ਨੇ ਜਿਹੜਾ ਕਿਹਾ ਸੀ ਕਿ ਬਿੱਲਾਂ 'ਚ ਫਿਊਲ ਟੈਕਸ ਘੱਟ ਕੀਤਾ ਜਾਂ ਨਹੀਂ ਕੀਤਾ ਗਿਆ? ਹਕੂਮਤ ਕੋਈ ਫਿਊਲ ਟੈਕਸ ਨਹੀਂ ਮਾਫ਼ ਕਰਦੇ ਪਏ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ ਆਇਆ। ਦਫ਼ਤਰ ਜਾ ਕੇ ਚੱਕਰ ਲਾ ਕੇ ਪਾਗਲ ਹੋ ਗਏ ਹਾਂ ਅਸੀਂ। ਮੈਂ ਖੁਦ ਚੱਕਰ ਲਾ ਕੇ ਪਾਗਲ ਹੋ ਗਿਆ, ਆਪਣੀ ਫੈਮਲੀ ਨੂੰ ਲੈ ਕੇ ਨਾਲ ਜਾਂਦਾ ਰਿਹਾ। ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਕੋਈ ਫੁੱਲ ਜੈਸ ਨਹੀਂ ਮਾਫ਼ ਹੋ ਰਿਹਾ, ਕੁਛ ਵੀ ਮਾਫ਼ ਨਹੀਂ ਹੋ ਰਿਹਾ। ਹਕੂਮਤ ਨਾਕਾਮ ਹੋ ਗਈ ਹੈ? ਨਾਕਾਮ ਹੈ ਹਕੂਮਤ, ਬਿਲਕੁਲ ਨਾਕਾਮ ਹੈ। ਤੁਹਾਡੇ ਅੰਦਾਜ਼ੇ ਨਾਲ ਕਿਹੜੀ ਹਕੂਮਤ ਆਉਣੀ ਚਾਹੀਦੀ? ਸਾਡੇ ਅੰਦਾਜ਼ੇ ਨਾਲ ਕੋਈ ਹਕੂਮਤ ਨਹੀਂ ਆਉਣੀ ਚਾਹੀਦੀ ਹੈ। ਸਾਰਿਆਂ ਨੂੰ ਮਰ ਜਾਣਾ ਚਾਹੀਦਾ ਇਹਨਾਂ ਲੋਕਾਂ ਨੂੰ। ਇਹਨਾਂ ਲੋਕਾਂ ਨੇ ਸਾਨੂੰ ਜੀਣ ਜੋਗਾ ਨਹੀਂ ਛੱਡਿਆ। ਇਮਰਾਨ ਖਾਨ ਆਇਆ ਸੀ ਕੁਛ ਕਰੇਗਾ, ਠੀਕ ਹੈ, ਕੁਛ ਕਰੇਗਾ, ਕੁਛ ਕਰੇਗਾ, ਉਹ ਵੀ ਚੋਰ ਨਿਕਲ ਆਇਆ। ਇਹ ਤਾਂ ਲੁਟੇਰੇ ਹੈ ਹੀ ਆਏ ਸਨ, ਲੇਕਿਨ ਉਹ ਵੀ ਚੋਰ ਨਿਕਲ ਆਇਆ। ਸਾਡਾ ਕਿੰਨੇ ਸੋਚਣਾ? ਸਾਨੂੰ ਤਾਂ ਇਹ ਨਹੀਂ ਪਤਾ ਲੱਗਦਾ ਪਰ ਸਾਡਾ ਸੋਚਣਾ ਕਿਵੇਂ। ਇਹਦਾ ਮਤਲਬ ਕਿ ਮੁਲਕ ਦਾ ਕੋਈ ਮੁਹਾਫਜ਼ ਨਹੀਂ ਬਚਿਆ? ਕੋਈ ਮੁਹਾਫਜ਼ ਨਹੀਂ ਬਚਿਆ, ਸਭ ਚੋਰ ਲੁਟੇਰੇ ਨੇ, ਕੋਈ ਮੁਹਾਫਜ਼ ਨਹੀਂ ਬਚਿਆ। ਸਭ ਚੋਰ ਲੁਟੇਰੇ ਨੇ, ਸਾਰੇ ਲੁੱਟ ਰਹੇ ਨੇ ਮੁਲਕ ਨੂੰ, ਬਿਲਕੁਲ ਲੁੱਟ ਰਹੇ ਨੇ। ਕਿਸੇ ਨੇ ਕੁਛ ਨਹੀਂ ਛੱਡਿਆ ਮੁਲਕ ਦਾ? ਕੋਈ ਨਹੀਂ ਛੱਡਿਆ ਹੈ ਕਿਸੇ ਨੇ। ਤੁਹਾਡੇ ਅੰਦਾਜ਼ੇ ਨਾਲ ਹੁਣ ਕੀ ਹੋਣਾ ਚਾਹੀਦਾ, ਕੀ ਰੱਦੇ ਅਮਲ, ਕੀ ਇਹਦਾ ਹੱਲ ਹੈ? ਸਾਡੇ ਅੰਦਾਜ਼ੇ ਨਾਲ ਹੋਣਾ ਚਾਹੀਦਾ ਕੋਈ ਐਸਾ ਬੰਦਾ ਆਉਣਾ ਚਾਹੀਦਾ ਇਸ ਮੁਲਕ ਦੇ ਉੱਤੇ ਸਮੇਂ ਲੱਗੀ, ਜਿਹੜਾ ਮੁਲਕ ਦਾ ਕੋਈ ਬਾਰੇ 'ਚ ਸੋਚੇ, ਜਿਹੜਾ ਗਰੀਬ ਆਵਾਮ ਦੇ ਬਾਰੇ 'ਚ ਕੁਛ ਸੋਚੇ। ਠੀਕ ਹੈ, ਇਹਨਾਂ ਲੋਕਾਂ ਦਾ ਬਸ ਦਾ ਕੰਮ ਨਹੀਂ ਹੈ, ਇਹਨਾਂ ਨੂੰ ਚਾਹੀਦਾ ਰਿਟਾਇਰਮੈਂਟ ਲੈ ਕੇ ਘਰ ਬਹਿ ਜਾਣ। ਅੱਲਾਹ ਤਾਲਾ ਐਸਾ ਬੰਦਾ ਭੇਜਦਾ ਜਿਹੜਾ ਸਾਡਾ ਗਰੀਬ ਆਦਮੀਆਂ ਦੇ ਬਾਰੇ ਕੋਈ ਸੋਚੇ। ਲੇਕਿਨ ਇਹਨਾਂ ਕੋਈ ਤਵੱਕੋ ਨਹੀਂ ਹੈ, ਨਾ PTI ਕੋ, ਅਤੇ ਨਾ ਹੀ ਹੈ ਨਾ ਨੂਨ ਲੀਗ ਵਾਲਿਆਂ ਕੋਲ, ਨਾ ਹੀ ਕਾਫ ਲੀਗ ਵਾਲਿਆਂ ਕੋਲ, ਨਾ ਹੀ ਪੀਪਲ ਪਾਰਟੀ ਵਾਲਿਆਂ ਕੋਲ। ਇਹਨਾਂ ਕੋਲ ਨੂਨ ਲੀਗ ਵਾਲੇ ਆਉਣੇ ਚਾਹੀਦੇ ਨੇ? ਨੂਨ ਲੀਗ ਵਾਲਿਆਂ ਕੋਲ ਕੋਈ ਨਹੀਂ ਹੈ, ਫਿਰ ਕਿਹੜੀ ਹਕੂਮਤ ਆਉਣੀ ਚਾਹੀਦੀ? ਮੈਂ ਕਹਿੰਦਾ ਰੱਬਾਂ ਨੂੰ ਕੋਈ ਐਸਾ ਮੌਜਦਾ ਆਏ, ਕੋਈ ਐਸਾ ਬੰਦਾ ਆਏ ਜਿਹੜਾ ਸਾਡੇ ਗਰੀਬਾਂ ਦੇ ਬਾਰੇ ਸੋਚ ਜਾਵੇ। ਇਹਨਾਂ ਦੇ ਰਹਿੰਦੇ ਸਾਡਾ ਕੱਖ ਨਹੀਂ ਬਣ ਸਕਦਾ। ਰੱਬ ਕੋਈ ਫਰਿਸ਼ਤਾ ਭੇਜੇ? ਹਾਂ ਬਸ, ਰੱਬ ਕੋਈ ਫਰਿਸ਼ਤਾ ਕਰੇ, ਰੱਬ ਕੋਈ ਮੌਜਦਾ ਵਹਾ ਦੇ ਤਾਂ ਵਹਾ ਦੇਵੇ। ਇਹਨਾਂ ਲੋਕਾਂ ਨੇ ਸਾਡਾ ਕੱਖ ਨਹੀਂ ਛੱਡਿਆ। ਚਲੋ ਬੜੀ ਮਿਹਰਬਾਨੀ ਸਰ। ਅਸਲਾਮ ਵਾਲੇਕਮ। ਵਾਲੇਕਮ ਸਲਾਮ। ਕੀ ਨਾਮ ਹੈ ਸਰ ਤੁਹਾਡਾ? ਮੁਹੰਮਦ ਰਹਿਮਾਨ। ਮੁਹੰਮਦ ਰਹਿਮਾਨ ਸਾਹਿਬ, ਮੁਹੰਮਦ ਰਹਿਮਾਨ ਸਾਹਿਬ ਕੀ ਹਾਲ ਹੈ? ਅਲਹਮਦੁਲਿਲਾ ਸ਼ੁਕਰ ਅੱਲਾਹ। ਅਲਹਮਦੁਲਿਲਾ, ਸਦੋਰ 'ਚ ਵੀ ਬਸ ਜੀ ਗੁਜ਼ਾਰਾ ਹੋ ਰਿਹਾ ਫਿਰ, ਅੱਲਾਹ ਦਾ ਸ਼ੁਕਰ ਹੈ। ਅਲਹਮਦੁਲਿਲਾ ਅਲਹਮਦੁਲਿਲਾ। ਬਿੱਲ ਕਿੰਨਾ ਆਇਆ ਰੇ? 30,000। 30,000 ਬਿੱਲ ਆਇਆ, ਜਮ੍ਹਾਂ ਕਰਾ ਦਿੱਤਾ? ਨਹੀਂ, ਹੁਣ ਲਿੱਤਰ ਹੀ ਮਾਰਨੇ ਪੈਣੇ ਨੇ ਬਿੱਲ ਵਾਲਿਆਂ ਨੂੰ। ਫਿਰ ਕੀ ਕੰਮ ਕਰਦੇ ਹੋ? ਮਜ਼ਦੂਰੀ ਕਰਨੇ ਆ ਭਰਾ ਜੀ, ਟੈਲ ਪੱਥਰ ਦਾ ਕੰਮ ਕਰਨੇ ਆ। ਟੈਲ ਪੱਥਰ ਦਾ ਕੰਮ ਕਰਦੇ, ਮਜ਼ਦੂਰੀ ਕਰਕੇ ਵੀ ਲਿੱਤਰ ਮਾਰ ਲਓ? ਬਸ ਠੀਕ ਹੈ, ਜਦੋਂ ਬਿੱਲ ਲੈਣ ਆਉਣਗੇ ਫਿਰ ਵੇਖੀ ਜਾ ਪੇਗੀ। ਫਿਰ ਬਿੱਲ ਤਾਂ ਇੰਜ ਧਰ ਛੜੇ ਨੇ ਸਾਜੇ, ਹੁਣ ਫਿਰ ਕੀ ਕਰ ਸਕਨੇ ਆ? ਉਹ ਜਿਹੜੇ ਰਿਲੀਫ ਦੇ ਰਹੇ ਹਨ, ਰਿਲੀਫ ਮਿਲਿਆ ਤੁਹਾਨੂੰ? ਔਰ ਰਿਲੀਫ ਰਲੂਫ ਕੋਈ ਨਹੀਂ ਦੇ ਰਿਹਾ ਕੋਈ ਵੀ, ਸਭ ਝੂਠ ਹੈ। ਫਰਾਡ ਹੈ? ਹਾਂਜੀ, ਸਭ ਫਰਾਡ ਹੈ। ਤੇ ਤੂੰ ਉਹ ਹਕੂਮਤ ਨੇ ਕਿਹਾ ਜੀ ਰਿਲੀਫ ਦੇ ਦਿਆ, ਟੈਕਸ ਕੱਟ ਰਹੇ ਆ, ਵਿੱਚੋਂ ਇੰਜ ਕਰ ਰਹੇ ਆ, ਘੱਟ ਕਰ ਰਹੇ ਆ, ਤੁਸੀਂ ਗਏ ਨਹੀਂ? ਕੋਈ ਬਾਤ ਨਹੀਂ, ਦੋ ਦਫਾ ਗਏ ਉਹਨਾਂ ਆਖਿਆ ਜੀ ਇਹੀ ਬਿੱਲ ਹਕੀਕਤ ਹੈ, ਇਹਦੀ ਤਾਰਨਾ ਜੇ ਬਸ। ਅੱਛਾ, ਉਹਨਾਂ ਕਿਹਾ ਜੀ ਤਾਰਨਾ ਹਕੀਕਤ ਹੈ? ਹਾਂਜੀ ਇਹੀ ਤਾਰਨਾ। ਤਾਰ ਤਾਰੇ ਫਿਰ? ਨਹੀਂ ਪਏ ਆ ਭਾਅ ਜੀ, ਕਿੱਥੋਂ ਤਾਰੀਏ, ਮਜ਼ਦੂਰ ਬੰਦਿਆਂ ਕਿੱਥੋਂ 30,000 ਰੁਪਇਆ ਤਾਰਨਾ ਇਕੱਠਾ ਕਰਕੇ? ਕਿੰਨਾ ਕਮਾਉਂਦੇ ਹੋ ਦਿਹਾੜੀ ਦਾ? ਦਿਹਾੜੀ ਦਾ 12-1300 ਰੁਪਇਆ ਕਮਾ ਲਈਦਾ। ਤੇ ਹੁਣ 12-1300? ਹਾਂਜੀ। ਤੇ ਮਹੀਨੇ ਦਾ ਕਿੰਨਾ ਬਣਿਆ? ਮਹੀਨੇ ਦਾ 30,000 ਰੁਪਇਆ। ਕੱਲ ਜੇ ਆਹ 30,000 ਉਹਨਾਂ ਨੂੰ ਦੇਣਾ ਤੇ ਹਾਂ ਕੀ ਖਾਣਾ ਪੀਣਾ? ਆਹੋ ਇਹ ਗੱਲ ਹੈ। ਤੇ ਘੁੰਮਣ ਨੂੰ ਤੁਹਾਡੇ ਅੰਦਾਜ਼ੇ ਨਾਲ ਘੁੰਮਣ ਨੂੰ ਕੀ ਕਰਨਾ ਚਾਹੀਦਾ ਤੁਹਾਡੇ? ਘੁੰਮਤ ਨੂੰ ਵਧਾ ਹੜੇ ਹੋਰ ਬਿਜਲੀ ਫਿਰ ਕੀ ਹੈ, ਘੁੰਮਤ ਆਵਾਮ ਮਰ ਜਾਏਗੀ ਫਿਰ ਇਹੀ ਕਰਨਾ ਹੁਣ? ਆਵਾਮ ਨੂੰ ਮਾਰ ਦੇਣਾ ਚਾਹੀਦਾ? ਆਵਾਮ ਮਰ ਜਾਣਾ, ਘੁੰਮਤ ਆਪੀ ਮਾਰਦੀ ਹੈ, ਆਵਾਮ ਆਪੀ ਗਰੀਬ ਆਵਾਮ ਮਰਦੀ ਫਿਰਦੀ ਹੈ। ਗਰੀਬ ਮਰ ਰਹੇ ਆ? ਹਾਂਜੀ। ਪਿਸ ਰਹੇ ਆ ਤੁਹਾਡੇ ਅੰਦਾਜ਼ੇ ਨਾਲ? ਪਿਸ ਹੀ ਰਿਹਾ ਭਾਅ ਜੀ, ਹੁਣ ਜਿਹਦੇ ਕੋਲ 1,000 ਰੁਪਇਆ ਕਮਾਉਣਾ, ਉਹਦੀ 30,000 ਰੁਪਇਆ ਮਹੀਨੇ ਦੀ ਆਮਦਨ, ਉਹਨੇ ਬਿੱਲ ਤਾਰਨਾ, ਉਹਨੇ ਖਾਣਾ ਕੀ ਹੈ, ਭੁੱਖੀ ਮਰਨਾ ਫਿਰ? ਚਲੋ, ਤੇ ਤੁਸੀਂ ਕੀ ਕਹਿਣਾ ਚਾਹੋ, ਕਿਹਦੀ ਹਕੂਮਤ ਆਉਣੀ ਚਾਹੀਦੀ ਹੈ? ਹਕੂਮਤ ਕੋਈ ਵੀ ਨਹੀਂ ਹੋਣੀ ਚਾਹੀਦੀ ਹੈ, ਬਸ ਆਪਣੀ ਜ਼ਾਤੀ ਹੀ ਹੋਣੀ ਚਾਹੀਦੀ ਹੈ। ਜ਼ਾਤੀ ਹਕੂਮਤ ਹੋਣੀ ਚਾਹੀਦੀ ਤੇ ਬਾਹਰ ਤਲਕਾਤ ਵੀ ਤੁਸੀਂ ਕਰਨ ਜਾਓਗੇ? ਬਾਅਦ ਫਿਰ ਉਹ ਆਪ ਹੀ ਕੋਈ ਨਾ ਕੋਈ ਵੇਖਾਂ ਚਾਖਾਂਗੇ ਫਿਰ, ਕੋਈ ਨਾ ਕੋਈ ਤਾਂ ਕਰਨਾ ਪੈਣਾ ਹੀ ਹੈ। ਇਮਰਾਨ ਖਾਨ, ਨੂਨ ਲੀਗ ਕੇ, ਕਾਫ ਲੀਗ, ਚੋਰ ਨੇ, ਸਭ ਚੋਰ ਨੇ, ਸਾਜੀ ਸਭ ਚੋਰ ਨੇ। ਬਲਾਵਲ ਆਈਏ ਫਿਰ? ਬਲਾਵਲ ਵੀ ਚੋਰ ਹੈ, ਉਹ ਕਦੋਂ ਕਿ ਮਾਮੇ ਦਾ ਪੁੱਤਰ ਹੈ। ਮਾਮੇ ਦਾ ਪੁੱਤਰ ਉਹ ਵੀ ਚੋਰ, ਫਿਰ ਕਿਹੜਾ ਆਵੇ? ਇਹ ਸਭ ਚੋਰ ਨੇ, ਕੋਈ ਵੀ ਨਹੀਂ ਆਉਣਾ ਚਾਹੀਦਾ ਸਾਜੀ। ਸਮਾਨਾ ਤਾਂ ਲਾਈਏ? ਸਮਾਨਾ ਤਾਂ ਨਹੀਂ ਲਾਉਣਾ ਪੈਣਾ, ਇਹ ਕੋ ਲੱਭਣਾ ਪੈਣਾ ਸਾਨੂੰ ਫਿਰ ਇਹਨਾਂ 'ਚੋਂ। ਅੱਛਾ, ਮੈਂ ਤਾਂ ਮੈਨੂੰ ਇਲੈਕਸ਼ਨ ਲੜਨੇ ਪੈਣੇ ਨੇ ਹੁਣ ਸਾਥ। ਅੱਛਾ, ਤੁਹਾਨੂੰ ਇਲੈਕਸ਼ਨ ਲੜਨੇ ਪੈਣੇ ਨੇ? ਇਲੈਕਸ਼ਨ ਲੜਨੇ ਜੇ ਜਾਣਾ ਸਾਥ ਤੂੰ ਦੇ ਰਿਹਾ, ਗਰੀਬ ਆਮ ਦਾ ਸਾਥ ਕਰਾਂਗੇ ਤੇ ਫੇਰ ਹੀ ਹੈ ਨਾ। ਹਾਂਜੀ ਉਸਤਾਦ ਜੀ। ਅਸਲਾਮ ਵਾਲੇਕਮ ਭਾਈ। ਵਾਲੇਕਮ ਸਲਾਮ। ਇੱਧਰ ਕੀ ਨਾਮ ਹੈ ਸਰ ਤੁਹਾਡਾ? ਅਲੀ ਅਕਦਸ। ਇੱਧਰ ਪੁੱਛੋ ਇੱਧਰ। ਅਸਲਾਮ ਵਾਲੇਕਮ। ਵਾਲੇਕਮ ਸਲਾਮ। ਕੀ ਨਾਮ ਹੈ ਸਰ ਤੁਹਾਡਾ? ਰਾਊਫ। ਰਾਊਫ, ਰਾਊਫ ਸਾਹਿਬ ਮਹਿੰਗਾਈ ਬਾਰੇ ਕੀ ਕਹਿੰਦੇ ਤੁਸੀਂ? ਮਹਿੰਗਾਈ ਬਾਰੇ ਭਰਾਵਾ ਕੀ ਕਰੀਏ, ਹਰ ਬੰਦਾ ਜਿਹੜਾ ਗਰੀਬ ਮਰਦਾ ਪਿਆ, ਮਰਦਾ ਪਿਆ ਰੇ।
39,147 रुपये तारता है? नहीं तारना कितों है की काम कर दे यही भरावा टायल पत्थर दे टायल पत्थर ते ही कर दे हां जी भरा दे नहीं भरा ही हां भरा ही हो हां तारया के होनी जेले तक तारया होना महीना 30,000 रुपया उना देते ये ते आप खाइए ये भी हिसाब लाओ ते बच्चे भूखे मारन वाला हिसाब होया इंजी गल है ते कुमन नु की करना जेदा ताडे नाल कुमन साडे ते मर जे कुमत मर जे मर जे एक मरेगी दूजी आई है महंगाई पूरे मुल्क बिल ज्यादा आए ने तहु कि बिल आया सानू पिछले महीने 20,000 रुपए बिल आया तार छिड़े 20,000 हजारा फट के तारे किसी को उधार लैके ना किसी को उधार लैके ते तुसी कट कटान दी कोशिश नहीं कीती के हुकूमत कट कर नहीं दो बारी गए सा बिल कट होया नहीं साडा नहीं होया कट हुकूमत कह रही कट कर रहे हैं नहीं झूठ बोल रहे हैं किसी दा करदे नहीं किसी दा नहीं करदे चोर बाजारी लगी चोर बाजारी चोर बाजारी लगी बिल्कुल नहीं ते गलत बयान नहीं करदी हां जी ते ताडे दस देना केड़ी हुकूमत आनी चाहिए जेडी भी आए कोई नेक बंदा आए नेक बंदा केड़ा नेक बंदा ताडे दस देना मैं कहना कोई भी नहीं अच्छा ना इमरान खान चंगा ना शबाशी चंगा ना जरदारी चंगा कोई भी नहीं चंगा ਤੁਸੀਂ ਸਾਡੇ ਵੱਡੇ ਹੋ ਤੁਸੀਂ ਕਾਫੀ ਘੁੰਮਦਾ ਵੇਖੀਆਂ ਨੇ ਤੁਸੀਂ ਦੱਸੋ ਕਿਹੜੀ ਘੁੰਮਤ ਠੀਕ ਸੀ ਤੇ ਹੁਣ ਕਿਹੜੀ ਨੂੰ ਵਾਪਸ ਆਉਣਾ ਪਹਿਲਾਂ ਤਾਂ ਬਿਹਤਰੀਨ ਸੀ ਨੂਨੀ ਗਾਲਿਆਂ ਦੀ ਹੁਣ ਤੇ ਉਹ ਵੀ ਬੇੜਾ ਗਰਕ ਹੋ ਗਿਆ ਉਹਨਾਂ ਦਾ ਉਹਨਾਂ ਦਾ ਵੀ ਪੱਠਾ ਪੈ ਗਿਆ ਉਹਨਾਂ ਨੇ ਬੜੀ ਮਹਿੰਗਾਈ ਕਰ ਛੱਡੀ 600 ਰੁਪਏ ਕਿਲੋ ਕਿਉਂ ਹੋਏ 350 ਰੁਪਏ ਗੈਸ ਮਿਲਦੀ ਪਈ ਹਰ ਚੀਜ਼ ਮਹਿੰਗੀ ਤੋਂ ਮਹਿੰਗੀ ਖਾਨ ਨੇ ਕੁਛ ਕੀਤਾ ਸੀ ਕਿ ਨਹੀਂ ਖਾਨ ਨੇ ਵੀ ਕੁਛ ਵੀ ਨਹੀਂ ਕੀਤਾ ਕਿਸੇ ਨੇ ਕੁਛ ਕੀਤਾ ਉਹਦੀਆਂ ਕੀਤੀਆਂ ਕੀ ਜਾਂਦੀਆਂ ਉਹਨੇ ਮਹਿੰਗਾਈ ਕੀਤੀ ਤੇ ਇਹਨਾਂ ਨੇ ਉਸ ਤੋਂ ਵੱਧ ਖਰਚ खान ने मंगाई की थी उन्होंने पहले की थी इन्होंने बाद च आके कर दी एदा मतलब कि पहले फितना सी हां पहले फितना सारे पहले फितना सी कोई नहीं आवाम दा सोचदा ही नहीं ते ਤੁਹਾਡੇ ਦਾਦੇ ਨੂੰ ਕਿਹੜਾ ਕਿਹੜੀ ਹਕੂਮਤ ਆਣ ਜਾਂਦੀ ਜਿਹੜਾ ਵੀ ਆਏ ਬਲਾਵਲ ਕੋਈ ਆਏ ਮੈਂ ਕਹਿੰਦਾ ਅੱਲਾ ਦਾ ਨੇਕ ਬੰਦਾ ਜਿਹੜਾ ਆਵਾਮ ਦਾ ਸੋਚੇ ਕੋਈ ਫਰਿਸ਼ਤਾ ਉਤਰ ਆਏਗਾ ਮਾੜੇ ਨਾ ਸੋਚੇ ਕੋਈ ਫਰਿਸ਼ਤਾ ਉਤਰ ਆਏਗਾ ਅੱਲਾ ਕਰੇ ਕੋਈ ਐਸਾ ਨੇਕ ਬੰਦਾ ਆਏ ਅੰਦਰ ਜਿੰਦੀ ਕੌਮ ਹੁੰਦੀ ਹੋ ਇੰਦਾ ਹੁਕਮਰਾਨ ਹੁੰਦਾ ਬਿਲਕੁਲ ਸਹੀ ਕਹਿੰਦੇ ਨੇ ਜਦੀ ਫਿਰ ਅਸੀਂ ਕਰਪਟਾਂ ਬਿਲਕੁਲ ਅਸੀਂ ਆ ਸਾਰੇ ਸਾਰਜ ਗਲਤੀਆਂ ਨੇ ਹਰ ਕੰਮ ਚ ਬੇਈਮਾਨੀ ਹੈ ਤੇ ਬੇਈਮਾਨੀ ਕੀ ਆਂਦੀ ਕਿੰਨੀ ਆਮਦਨ ਹੈ ਤੁਹਾਡੀ ਸਾਡੀ ਆਮਦਨੀਆਂ ਤੁਹਾਡੇ ਸਾਹਮਣੇ ਹੀ ਹੈ ਬਲੈਨਾਂ ਚ ਲਾਪਾ ਅਸੀਂ ਵੇਚਦੇ ਹਾਂ ਰਹਿਣ ਦੇ ਮਕਾਨ ਕਿੰਨਾ ਕਮਾ ਲੈਂਦੇ ਮੰਥਲੀ ਕਮਾਣਾ ਕੀ ਅਸੀਂ ਜੋ ਕਮਾਨੇ ਉਹ ਖਰਚੀ ਹੋ ਜਾਂਦਾ ਇਹਦਾ ਮਤਲਬ ਕਿ ਆਦ ਕੀ ਬਿੱਲ ਤੁਹਾਨੂੰ 20,000 ਆਇਆ ਤੇ ਤੁਸੀਂ ਧਾਰ ਚੁੱਕ ਕੇ ਦਿੱਤਾ ਤੇ ਅਗਲੇ ਮਹੀਨੇ ਜਿਹੜਾ ਕਮਾਣਾ ਹੈ ਬਿੱਲ ਹੀ ਦੇ ਦੇਣਾ ਰੋਟੀ ਨਹੀਂ ਖਾਣੀ ਰੋਟੀ ਬੜੀ ਮੁਸ਼ਕਲ ਹੈ ਰੋਟੀ ਮੁਸ਼ਕਲ ਹੋਈ ਹੋਈ ਹੈ ਤੁਹਾਡੀ ਮੁਸ਼ਕਲ ਹੋਈ ਬੜੀ ਧਾਰ ਤੇ ਚੱਲਦਾ ਪਿਆ ਘਰ ਬਸ ਅੱਲਾ ਦਾ ਸ਼ੁਕਰ ਅੱਲਾ ਚਲਾਣ ਵਾਲਾ ਬੰਦਾ ਰੋਟੀ ਦਾ ਰੱਬ ਨੇ ਵਾਦਾ ਕੀਤਾ ਰੋਟੀ ਦੇਣੀ ਹੈ ਤੇ ਨਾ ਗਵਰਨਮੈਂਟ ਦਾ ਕੰਮ ਚਲੋ ਹੁਣ ਗਵਰਨਮੈਂਟ ਅੱਗੇ ਅਪੀਲ ਹੈ ਕਿ ਫਿਰ ਗਵਰਨਮੈਂਟ ਕਰੇ ਗਵਰਨਮੈਂਟ ਚਾਹੀਦਾ ਉਹਨਾਂ ਨੂੰ ਭਾਈ ਆਵਾਮ ਦਾ ਕੁਝ ਸੋਚਣ ਬਿਜਲੀ ਸਸਤੀ ਕਰਨ ਪੈਟਰੋਲ ਸਸਤਾ ਕਰਨ ਖਾਣ ਪੀਣ ਵਾਲੀਆਂ ਸ਼ਾਵਾਂ ਸਸਤੀਆਂ ਕਰਨ ਹਰ ਚੀਜ਼ 'ਤੇ ਕੰਟਰੋਲ ਕਰਨ ਆਵਾਮ ਨੂੰ ਕੋਈ ਸਹੂਲਤ ਹੋਵੇ ਆਵਾਮ ਫਿਸ ਗਈ ਹੁਣ ਆ ਕੇ ਬਹੁਤ ਹੀ ਫਿਸ ਗਈ ਹੁਣ ਆਵਾਮ ਦਾ ਲੱਕ ਟੁੱਟ ਗਿਆ ਟੁੱਟ ਗਿਆ ਮੈਂ ਕਿਹਾ ਭੁੱਖੇ ਮਰ ਗਏ ਵਿਚਾਰੇ ਲੋਕ ਸਲਾਬ ਆਇਆ ਸੀ ਸਲਾਬ ਵਾਲਿਆਂ ਸੇ ਕੁਝ ਕੀਤਾ ਘੁੰਮਣ ਨੇ ਸਵਾਲ ਹੀ ਆਇਆ ਸਾਡੇ ਸਾੜੀਆਂ ਕੀਤੀਆਂ ਕੀ ਓਕੇ ਅੱਲਾ ਹਾਫਿਜ਼ ਵਾਲੇਕੁਮ ਸਲਾਮ ਕੀ ਨਾਮ ਹੈ ਸਰ ਤੁਹਾਡਾ ਮੁਹੰਮਦ ਯੂਨਿਸ ਰਿਕਸ਼ਾ ਚਲਾਉਂਦੇ ਹੋ ਜੀ ਜੀ ਰਿਕਸ਼ਾ ਚਲਾਉਂਦੇ ਕਿੰਨੇ ਕਮਾ ਲੈਂਦੇ ਦਿੰਦੇ ਬਸ 800,000 ਬਣ ਜਾਂਦਾ ਹੈ 800,000 ਬਣ ਜਾਂਦਾ ਤੇ ਬਿੱਲ ਦੇ ਲੈਂਦੇ 24 ਘੰਟੇ ਜਿਵੇਂ ਚਲਾਈਏ ਤੇ ਰਾਤ ਦੇ 12 ਵਜੇ ਬਿੱਲ ਦੇ ਲੈਂਦੇ ਹੋ ਬਸ ਬਿੱਲ ਜੇ ਹਾਲਾ ਜਿਹੜੇ ਆਏ ਨੇ ਨਾ 16-17,000 ਬਿੱਲ ਆ ਰਿਹਾ ਤੇ ਉਹ ਕਿੱਥੋਂ ਆਉਂਦਾ ਬੰਦਾ ਉਹ ਉਹਨਾਂ ਨੇ ਫਿਊਲ ਟੈਕਸ ਕੱਟਿਆ ਤੇ ਤੁਹਾਡਾ ਕੱਟਿਆ ਨਹੀਂ ਗਿਆ ਨਹੀਂ ਸਾਡਾ ਕੱਟਿਆ ਤੇ ਗਿਆ ਨਹੀਂ ਅਬਰਾਲ ਸਾਡੇ ਇਲਾਕੇ ਸਲਾਬ ਆਇਆ ਨਾ ਤੇ ਬਿੱਲ ਹਰ ਵਾਰੀ ਆ ਕੇ ਮੰਗਦੇ ਨੇ ਪਿਛਲੀ ਵਾਰੀ ਹੁਣ ਤਕਰੀਬਨ ਕੋਈ 20-25,000 ਹੋ ਗਿਆ ਸਾਡੇ ਤੇ ਬਿੱਲ ਦਾ ਤਾਂ ਅਸੀਂ ਹਾਲੇ ਤੱਕ ਨਹੀਂ ਦਿੱਤਾ ਉਹਨਾਂ ਕਿ ਹਾਲਾਤ ਜਿਹੜੇ ਸਲਾਬ ਦੇ ਹੋਏ ਨੇ ਨਾ ਸਾਡੇ ਇਲਾਕੇ ਸਲਾਬ ਮੈਂ ਡੇਰਾ ਦੀ ਖਾਨ ਤੋਂ ਸ਼ਰੀਫ ਦੇ ਰਹਿਣ ਵਾਲਾ ਤੇ ਉੱਥੇ ਹਾਲਾਤ ਬੜੇ ਖਰਾਬ ਨੇ ਤੁਹਾਨੂੰ ਪਤਾ ਹੈ ਤੁਸੀਂ ਸੁਣਿਆ ਹੋਣੇ ਨੇ ਉੱਥੇ ਜਿਹੜੇ ਨਾ ਉਹ ਬਿੱਲ ਬਾਰ ਬਾਰ ਆ ਕੇ ਤੰਗ ਕਰਦੇ ਨੇ ਮੈਂ ਕਿਹਾ ਯਾਰ ਬਿੱਲ ਕਿੱਥੋਂ ਦੇਈਏ ਜਿਹੜੇ ਘਰ ਬਣਾਈਏ ਪਹਿਲੇ ਕਮਰੇ ਡਿੱਗੇ ਨੇ ਛੱਤ ਦੀਵਾਰੇ ਡਿੱਗੇ ਨੇ ਉਹਨਾਂ ਨੂੰ ਤਾਂ ਬਣਾ ਲਈਏ ਫਿਰ ਬਿੱਲ ਅਦਾ ਕਰਾਂਗੇ ਜਾਂ ਬਿੱਲ ਮਾਫ ਕਰ ਦਿਓ ਜਿਹੜੇ ਹਾਲਾਤ ਨੇ ਤੁਹਾਡੇ ਸਾਹਮਣੇ ਨੇ ਆਪਣੇ ਤੋਂਸਾ ਸ਼ਰੀਫ ਦੇ ਵਿੱਚ ਤੇ ਬਿੱਲ ਮਾਫ ਕੀਤੇ ਗਏ ਨੇ ਉੱਥੇ ਤੇ ਕੋਈ ਬਿਜਲੀ ਨਹੀਂ ਉੱਥੇ ਬਿਜਲੀ ਆ ਹੀ ਨਹੀਂ ਰਹੀ ਤੇ ਉੱਥੇ ਕਿੰਨੇ ਬਿੱਲ ਹੋਵੇ ਕਿਵੇਂ ਪੱਲੀ ਸਾਈਡ ਸਾਡੇ ਇਲਾਕੇ ਉੱਥੇ ਖੰਬੇ ਲਾ ਦਿੱਤੇ ਨੇ ਉਹਨਾਂ ਨੇ ਖੰਬੇ ਫੋਰਨ ਲਾ ਉੱਥੇ ਖੰਬੇ ਲਾ ਦਿੱਤੇ ਗਏ ਨੇ ਤੇ ਉੱਥੇ ਬਿੱਲ ਦਿੱਤਾ ਜਾ ਰਿਹਾ ਆ ਬਿੱਲ ਕਿੱਥੇ ਦਿੱਤਾ ਜਾ ਉਹ ਬਿੱਲ 20-25 ਦਿਨ ਜਿਹੜਾ ਨਾ ਲਾਈਟ ਕੋਈ ਨਹੀਂ ਸੀ ਉਹ ਬਿੱਲ 16,000 ਆ ਗਿਆ ਬਿੱਲ 5 ਦਿਨ ਲਾਈਟ ਕੋਈ ਨਹੀਂ ਸੀ 5 ਦਿਨਾਂ ਦਾ 16,000 ਬਿੱਲ ਆ ਗਿਆ 5 ਦਿਨ ਇਸਤੇਮਾਲ ਹੋ ਗਏ 16,000 ਬਿੱਲ 16,000 ਆ ਗਿਆ ਉਹ ਖੰਬੇ ਲਾਏ ਨਾ ਫਿਰ ਬਾਅਦ
ਉਹਨਾਂ ਨੇ ਬਿੱਲ ਆ ਗਿਆ ਉਹਨਾਂ ਨੇ ਬਿੱਲ ਦੇ ਗਿਆ ਨਾ ਖੰਬਿਆਂ ਦੇ ਪੈਸੇ ਵੀ ਤੁਹਾਡੇ ਪੂਰੇ ਕੀਤੇ ਸ਼ਾਇਦ ਇੰਝ ਨਹੀਂ ਲੱਗਦਾ ਸਾਡੇ ਇਲਾਕੇ ਖੰਬਿਆਂ ਦੇ ਪੈਸੇ ਪੂਰੇ ਕੀਤੇ ਖੰਬਿਆਂ ਦੇ ਪੈਸੇ ਪੂਰੇ ਕਰਾਣੇ ਤੇ ਹਕੂਮਤ ਨੂੰ ਤੁਹਾਡੇ ਵਾਸਤੇ ਕੀ ਕਰਨਾ ਚਾਹੀਦਾ ਤੁਸੀਂ ਦੱਸੋ ਹਕੂਮਤ ਨੂੰ ਇਹੀ ਕਰਨਾ ਚਾਹੀਦਾ ਇਲਾਕਾ ਜਿਹੜਾ ਤਹਿਸੀਲ ਤੋਂ ਦਾ ਸ਼ਰੀਫ ਹੈ ਜਿਹੜਾ ਨਾ ਉੱਥੇ ਸਾਰਾ ਇਲਾਕੇ ਨੂੰ ਮਾਫ ਕਰ ਦਿੱਤਾ ਜਾਏ ਕਿਉਂਕਿ ਸਾਰਾ ਇਲਾਕਾ ਖਰਾਬ ਹੋਇਆ ਤੁਹਾਡੇ ਸਾਹਮਣੇ ਕਮਰੇ ਸ਼ਮਰੇ ਡਿੱਗੇ ਨੇ ਤੇ ਇੱਥੇ ਜਿਹੜਾ ਇਹਨਾਂ ਨਾਲ ਬਿੱਲ ਆਇਆ ਕਿ ਗੁਜਰਾਨ ਦੇ ਵਿੱਚ ਨਹੀਂ ਹੋਣਾ ਚਾਹੀਦਾ ਗੁਜਰਾਨ ਪਤਾ ਨਹੀਂ ਹੁਣ ਇਹ ਤਾਂ ਪਤਾ ਨਹੀਂ ਇੱਥੇ ਵੀ ਤੁਸੀਂ ਗੁਜਰਾਨ ਦੇ ਸਰ ਦੇ ਲੈ ਇਧਰ ਵੇਖੋ ਜਿਹੜਾ ਸ਼ਹਿਰ ਬਿੱਲ ਤੁਸੀਂ ਗੁਜਰਾਨ ਦੇ ਹਾਂਜੀ ਗੁਜਰਾਨ ਦਾ ਖਾਸ ਕੀ ਨਾਮ ਹੈ ਸਰ ਦਾ ਆਸਮ ਆਸਮ ਸਾਹਿਬ ਲਸ਼ਕਾ ਚਲਾਉਂਦੇ ਹਾਂਜੀ ਲਸ਼ਕਾ ਚਲਾਉਂਦੇ ਹੋ ਤੇ ਤੁਹਾਨੂੰ ਕਿੰਨਾ ਬਿੱਲ ਆਇਆ ਸਾਨੂੰ ਤਕਰੀਬਨ ਮੇਰਾ 18000 ਰੁਪਏ ਬਿੱਲ ਆਇਆ 18000 ਬਿੱਲ ਆਇਆ ਜਮਾ ਕਰਾਤਾ ਨਹੀਂ ਹੈ ਜੀ ਜਮਾ ਨਹੀਂ ਕਰਾਇਆ ਤੇ ਸੋਕ ਤੋਂ ਕਰਾਣਾ ਜਮਾ ਰਕਸ਼ਾ ਚਲਾ ਇਧਰ ਕੋ ਜਿਹੜਾ ਬੰਦਾ ਰਕਸ਼ਾ ਚਲਾਉਂਦਾ ਉਹ ਮੇਰਾ ਮਤਲਬ 18000 ਰੁਪਏ ਵੀ ਨਹੀਂ ਕਿਤੋਂ ਬੱਚਿਆਂ ਨੂੰ ਦੇਗਾ ਜਾਂ ਉਹਨਾਂ ਨੂੰ ਦੇਗਾ ਮੈਨੂੰ ਇਹ ਤੁਸੀਂ ਚਾਹ ਤੁਸੀਂ ਇਧਰ ਕੋ ਲੋ ਸਰ ਇਹਨਾਂ ਦੇ ਉੱਤੇ ਤੁਸੀਂ ਤਾਂ ਸੁੱਕ ਤੋਂ ਦੇਗਾ ਨਹੀਂ ਉਹ ਕਹਿੰਦੇ ਨੇ ਜਿੰਨਾ ਇਸਤੇਮਾਲ ਕੀਤਾ ਉਨਾ ਹੀ ਬਿੱਲ ਆਇਆ ਛੱਡ ਦਿਓ ਯਾਰ ਮੇਰਾ ਪੁੱਤਰ ਹੈ ਸਾਰੀਆਂ ਟੌਂਕ ਚੱਲੀਆਂ ਨੇ ਐਵੇਂ ਟੰਡ ਕਰ ਕੀਤਾ ਜਿਹੜਾ ਗਰੀਬ ਦਾ ਸੋਚਦਾ ਨਾ ਅੱਲਾ ਪਾਕ ਉਹਦਾ ਸੋਚਦਾ ਜਿਹੜਾ ਗਰੀਬ ਦਾ ਨਹੀਂ ਨਾ ਸੋਚਦਾ ਉਹਦਾ ਕੋਈ ਬੰਦਾ ਨਹੀਂ ਸੋਚਦਾ ਕੀ ਯਾਰ ਅਸਲਾਮ ਅਲੈਕਮ ਨਾਜ਼ਰੀਨ ਅਸੀਂ ਇੱਥੇ ਹੁਣ ਲੋਕਾਂ ਕੋਲ ਪੁੱਛਿਆ ਰਸ਼ਕਿਆਂ ਵਾਲਿਆਂ ਕੋ ਪੁੱਛਿਆ ਦੂਜੀ ਆਵਾਮ ਕੋ ਪੁੱਛਿਆ ਕਿ ਬਿੱਲ ਆਏ ਨੇ ਜ਼ਿਆਦਾ ਮਹਿੰਗਾਈ ਦਾ ਕੀ ਸੂਰਤ ਹਾਲ ਹੈ ਹਰ ਬੰਦੇ ਦਾ ਇਹ ਕਹਿਣਾ ਕਿ ਮਹਿੰਗਾਈ ਬਹੁਤ ਜ਼ਿਆਦਾ ਸੀ ਮਹਿੰਗਾਈ ਨੇ ਸਾਡਾ ਲੱਕ ਤੋੜ ਛੱਡਿਆ ਅਤੇ ਹਰ ਬੰਦਾ ਹੀ ਪਰੇਸ਼ਾਨ ਹੈ ਮਹਿੰਗਾਈ ਦੀ ਵਿਆਹ ਤੋਂ ਹਰ ਬੰਦੇ ਨੇ ਕਿਹਾ ਕਿ ਜੀ ਸਾਨੂੰ ਹਕੂਮਤ ਨੇ ਕੋਈ ਰਿਲੀਫ ਨਹੀਂ ਦਿੱਤਾ ਬਿੱਲ ਦੇ ਵਿੱਚ ਕੋਈ ਰਿਲੀਫ ਨਹੀਂ ਹੋਈ ਹਰ ਬੰਦਾ ਬਹੁਤ ਜ਼ਿਆਦਾ ਪਰੇਸ਼ਾਨ ਹੈ ਬਹੁਤ ਜ਼ਿਆਦਾ ਲੋਕਾਂ ਨੇ ਅਤੇ ਹਕੂਮਤ ਦੇ ਬਾਰੇ ਬਹੁਤ ਬੁਰੀਆਂ ਗੱਲਾਂ ਕੀਤੀਆਂ ਨੇ ਅਤੇ ਆਵਾਮ ਉਹ ਕਹਿ ਰਹੇ ਨੇ ਕਿ ਹਕੂਮਤ ਨੂੰ ਚਾਹੀਦਾ ਆਵਾਮ ਦਾ ਸੋਚਣ ਇੱਕ ਬੰਦੇ ਭਾਈ ਤੁੰਸਾ ਸ਼ਰੀਫ ਦੇ ਮਿਲੇ ਸਨ ਉਹਨਾਂ ਨੇ ਵੀ ਕਿਹਾ ਕਿ ਭਾਈ ਹਕੂਮਤ ਨੂੰ ਚਾਹੀਦਾ ਕਿ ਤੁੰਸਾ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਅਗਰ ਰਿਲੀਫ ਨਹੀਂ ਦੇ ਸਕਦੇ ਤਾਂ ਉਹਨਾਂ ਦੇ ਬਿੱਲ ਹੀ ਮਾਫ਼ ਕਰ ਦੇਣ ਠੀਕ ਹੈ ਅਤੇ ਇਸ ਲਈ ਅਸੀਂ ਹੁਣ ਅਸੀਂ ਚੱਲੇ ਹਾਂ ਅਤੇ ਅਗਲੀ ਵੀਡੀਓ ਵਾਸਤੇ ਸਾਡੇ ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪੁਸ਼ ਕਰੋ ਅਤੇ ਆਪਣੇ ਕਮੈਂਟ ਜ਼ਰੂਰ ਦਿਓ।